ਹਾਂਜੀ ਜਿਹੜੇ ਆਰਟੀਫੈਕਟਸ ਨੇ ਜਿੱਦਾਂ ਹੁਣ ਗੱਲ ਹੋਈ ਆ ਪਈ 1849 ਤੇ ਤੋਂ ਬਾਅਦ ਦੇ ਹੈਗੇ ਆ ਸੋ ਇਹਦੇ ਵਿੱਚ ਜਿਹੜੇ ਕੁਝ ਪ੍ਰੋਮੀਨੈਂਟ ਜਿਹੜੇ ਵਨ ਓਨਲੀ ਵਨ ਇਨ ਦ ਵਰਲਡ ਉਹ ਹੈਗੀ ਆ ਸੋਫੀਆ ਦਲੀਪ ਸਿੰਘ ਦੀ ਸਕ੍ਰੈਪ ਬੁੱਕ ਆ ਅਤੇ ਉਹ ਸਕ੍ਰੈਪ ਬੁੱਕ ਉਹਨਾਂ ਨੇ ਆਪਣੇ ਹੱਥਾਂ ਨਾਲ ਬਣਾਈ ਆ ਅਤੇ ਉਹਦੇ ਵਿੱਚ ਜਿਹੜੀ ਲਿਖਾਈ ਹੈਗੀ ਆ ਉਹਨਾਂ ਨੇ ਆਪਣੇ ਹੱਥਾਂ ਦੀ ਲਿਖਾਈ ਆ ਉਹਦੇ ਵਿੱਚ ਸੋ ਇਹ ਜਿਹੜੇ ਜੋ ਵੀ ਐਗਜ਼ੀਬਿਟ ਜੇ ਦੇਖਣ ਜਾਓਗੇ ਉਹਨਾਂ ਨੂੰ ਇਹ ਦੇਖਣ ਨੂੰ ਮਿਲੇਗੀ ਮਾੜੀ ਜਿਹੀ ਬੈਕਗਰਾਊਂਡ ਦੇਣਾ ਵੀ ਜਿਹੜੀ ਸੋਫੀਆ ਦਲੀਪ ਸਿੰਘ ਵਾਜ਼ ਵੈਰੀ ਪ੍ਰੋਮੀਨੈਂਟ ਇਨ ਦ ਸਫਰਜੈਟ ਮੂਵਮੈਂਟ ਸੋ ਜਦੋਂ ਇੰਗਲੈਂਡ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਬਿਲਕੁਲ ਬਿਲਕੁਲ ਹਾਂਜੀ ਸੋ ਉਹਦੇ ਵਿੱਚ ਉਹਨਾਂ ਨੇ ਐਮਲੀ ਪੈਂਕਹਰਸਟ ਦੇ ਨਾਲ ਮਿਲ ਕੇ ਇਹ ਮੂਵਮੈਂਟ ਨੂੰ ਸਪੀਅਰ ਹੈਡ ਕੀਤਾ 1918 ਦੇ ਵਿੱਚ ਜਿਹੜੀ ਮਿਲੀ ਜਦੋਂ ਰਾਈਟ ਟੂ ਵੋਟ ਸੋ ਉਹਨਾਂ ਨੇ ਬਹੁਤ ਹੀ ਪ੍ਰੋਮੀਨੈਂਟ ਰੋਲ ਪਲੇਅ ਕੀਤਾ ਜੀ ਕੈਨੇਡਾ ਦੇ ਵਿੱਚ ਵੀ ਉਹਦੀ ਰੈਜ਼ੋਨੈਂਸ ਬਹੁਤ ਹੋਈ ਬਿਲਕੁਲ ਉਹਨੇ ਉਸੇ ਟਾਈਮ 'ਤੇ ਸਰਟਨ ਪ੍ਰੋਵਿੰਸਿਸ ਨੇ ਜੀ ਰਾਈਟ ਟੂ ਵੋਟ ਜਿਹੜਾ ਦਿੱਤਾ ਸੀਗਾ ਜੀ ਕੁਛ ਹੋਰ ਜਿਹੜੇ ਪ੍ਰੋਮੀਨੈਂਟ ਇੱਕ ਹੋਰ ਮੈਂਸ਼ਨ ਕਰਨਾ ਚਾਹੂੰਗਾ ਕਿ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਸੋਰੀ ਰਣਜੀਤ ਸਿੰਘ ਦੇ ਉੱਤੇ 1840 ਦੀ ਕਿਤਾਬ ਆ ਅਤੇ ਉਹ ਜਿਹੜੀ ਆ ਉਹ C.W. Osborne ਜੀ ਨੇ ਲਿਖੀ ਹੋਈ ਹੈ ਇਹ ਉਸ ਟਾਈਮ ਦੀ ਹੈ ਜਦੋਂ ਐਕਚੁਅਲੀ ਸਿੱਖ ਰਾਜ ਵਾਜ਼ ਸਟਿਲ ਦੇਅਰ ਅੱਛਾ ਜੀ ਸੋ ਉਦੋਂ ਦੀ ਇਹ ਪ੍ਰਿੰਟਡ ਕਿਤਾਬ ਹੈਗੀ ਆ ਅਤੇ ਨਾਲੋਂ ਨਾਲ ਹੀ World War I ਦਾ ਜਿਹੜਾ ਮੈਡਲ ਆ ਸਿਪਾਹੀ ਤਰਲੋਕ ਸਿੰਘ 59 ਰਾਈਫਲਸ ਦਾ ਉਹ ਵੀ ਉੱਥੇ ਹੈਗਾ ਆ ਜੀ ਇਹਨਾਂ ਦਾ ਜਿਹੜਾ ਸਿਪਾਹੀ ਤਰਲੋਕ ਸਿੰਘ ਇਹ ਲੜੇ ਸੀਗੇ ਯੂਰਪ ਦੇ ਵਿੱਚ ਔਰ ਇਹਨਾਂ ਦਾ ਨਾਂ ਜਿਹੜਾ ਆ ਉਹ ਨੈਵ ਸ਼ਪੈਲ ਦੇ ਜਿਹੜਾ ਵਾਰ ਮੈਮੋਰੀਅਲ ਆ ਹਾਂਜੀ ਉੱਥੇ ਪੈਨਲ ਨੰਬਰ 45 'ਤੇ ਇਹਨਾਂ ਦਾ ਨਾਂ ਦਰਜ ਆ ਸੋ ਇਹ ਕੁਛ ਇਹੋ ਜਿਹੀਆਂ ਨਾਯਾਬ ਚੀਜ਼ਾਂ ਜਿਹੜੀਆਂ ਉੱਥੇ ਦੇਖਣ ਨੂੰ ਮਿਲਣਗੀਆਂ ਜਿਹੜਾ ਭਾਅ ਜੀ ਨੇ ਕਿਹਾ ਵੀ 40 ਆਈਟਮਾਂ ਨੇ ਜੀ ਸੋ ਜਦੋਂ ਤੁਸੀਂ ਜਾਓਗੇ ਉੱਥੇ ਤੁਹਾਨੂੰ ਯੂ ਵਿਲ ਬੀ ਐਮਬਰੇਸਿੰਗ ਦ ਸਿੱਖ ਹਿਸਟਰੀ ਆਫ ਦੈਟ ਟਾਈਮ ਔਰ ਜਿਹੜੀ ਬਹੁਤ ਹੀ ਵੱਡੀ ਗੱਲ ਹੈ ਵੀ ਉਹ ਜੋ ਤੁਸੀਂ ਫੀਲ ਕਰਦੇ ਆ ਉਸ ਟਾਈਮ ਦੇ ਲਈ ਉਹ ਉਹਨੂੰ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਸ਼ੇਅਰ ਕਰਨ ਜੀ ਜੀ ਜੀ